ਸਭ ਨੂੰ ਵਧਾਈ ਹੋਵੇ ਉਹਨਾਂ ਨੇ ਮੰਤਰੀਆਂ ਨੂੰ ਉਤਾਰਿਆ ਬਟ ਜਿਸ ਪ੍ਰਕਾਰ ਦਾ ਉਹਨਾਂ ਦਾ ਅਜੰਡਾ ਸੀ ਉਹ ਇਹ ਗੱਲ ਕਰਦੇ ਹੁੰਦੇ ਸੀ ਹਮੇਸ਼ਾ ਅਸੀਂ ਆਮ ਲੋਕਾਂ ਨੂੰ ਲੈ ਕੇ ਆਵਾਂਗੇ ਤੁਸੀਂ ਦੇਖਿਆ ਹੁਣ ਸੰਗਰੂਰ ਚ ਉਹਨਾਂ ਨੇ ਸਰਪੰਚ ਨੂੰ ਉਤਾਰਿਆ ਸੀ ਇੱਕ ਨੂੰ ਸੋ ਉਹ ਅਜੰਡੇ ਤੋਂ ਤਾਂ ਕਿਤੇ ਨਾ ਕਿਤੇ ਫੇਲ ਹੋ ਗਿਆ ਇਸ ਤੋਂ ਇਹ ਨਜ਼ਰ ਵੀ ਆਉਂਦਾ ਹੈ ਕਿ ਮੰਤਰੀਆਂ ਤੋਂ ਬਿਨਾ ਹੁਣ ਉਹਨਾਂ ਕੋਲੇ ਹੋਰ ਕੋਈ ਚਿਹਰੇ ਬਚੇ ਨਹੀਂ ਹੈ ਇਸ ਤੋਂ ਹੀ ਵੀ ਨਜ਼ਰ ਆਉਂਦਾ ਹੈ ਕਿ 2 ਸਾਲਾਂ ਦੇ ਵਿੱਚ ਨਵੇਂ ਲੋਕਾਂ ਨੂੰ ਜਾਂ ਨਵੇਂ ਚਿਹਰੇ ਪਾਰਟੀ ਲੈ ਕੇ ਨਹੀਂ ਆ ਸਕੀ ਜਿਨ੍ਹਾਂ ਨੂੰ ਜਿੰਨਾਂ ਦੀ ਅਪਲਿਫਟਮੈਂਟ ਹੋਈ ਹੋਵੇ ਸੋ ਮੁਬਾਰਕਾਂ ਪਰ ਮੈਨੂੰ ਲੱਗਦਾ ਨਹੀਂ ਕੋਈ ਐਕਸਟਰਾ ਆਰਡੀਨਰੀ ਜਿਹੜੀ ਉਹਨਾਂ ਦੀ ਲਿਸਟ ਹੈ ਚੰਗਾ ਹੁੰਦਾ ਕਿ ਆਪਦੇ ਆਪਦੇ ਵਿਚਾਰਾਂ ਦੇ ਮੁਤਾਬਕ ਜਿਸ ਪ੍ਰਕਾਰ ਦੀ ਉਹ ਪਾਰਟੀ ਸੀ ਆਮ ਲੋਕਾਂ ਦੀ ਕਿ ਉਹੀ ਤਰੀਕਾ ਅਪਣਾਇਆ ਹੁੰਦਾ ਕਿ ਲੋਕਾਂ ਨੂੰ ਪੁੱਛ ਕੇ ਟਿਕਟ ਦਿੱਤੀ ਜਾਂਦੀ ਲੋਕਾਂ ਨੂੰ ਉਹ ਸਹਿਮਤੀ ਉਹ VOTING ਕਰਾਉਂਦੇ ਹੁੰਦੇ ਸੀ ਜਦੋਂ ਇਹ ਵਿਧਾਨ ਸਭਾ ਦੀ ਟਿਕਟ ਦਿੰਦੇ ਸੀ ਅੱਜ ਆਪਦੇ ਮੰਤਰੀਆਂ ਨੂੰ ਲੜਾ ਦਿੱਤਾ ਗਿਆ ਸੋ ਲੈਟਸ ਸੀ ਕਿਸ ਤਰ੍ਹਾਂ ਦੇ ਨਤੀਜੇ ਆਉਂਦੇ ਆ ਪਰ ਮੈਨੂੰ ਲੱਗਦਾ ਇਹ ਜਲਦਬਾਜੀ ਚ ਲਿਆ ਗਿਆ ਫੈਸਲਾ ਹੈ ਕੱਲ ਪਰਸੋਂ ਦੇ ਜਿਹੜੇ ਨਿਊਜ਼ 18 ਦੇ اور এবੀਬੀਪੀ ਨਿਊਜ਼ ਦੇ ਕਿ 30% ਤੇ ਟਾਰਗੇਟ ਹੈ ਤੁਸੀਂ ਸਾਨੂੰ 7 ਸੀਟਾਂ ਦੇਤੀਆਂ ਔਰ ਆਮ ਆਦਮੀ ਪਾਰਟੀ ਨੂੰ ਇੱਕ ਸੀਟ ਦਿੱਤੀ ਹੈ ਇਹ ਜਲਦਬਾਜੀ ਚ ਲਿੱਤਾ ਹੋਇਆ ਡਿਸੀਜਨ ਹੈ ਕਿ ਆਪ ਦੇ ਜਿਹੜੇ ਵੀ ਘੋੜੇ ਹੈਗੇ ਆ ਉਹ ਦਾਗ ਦਿਓ ਬਟ ਮੈਨੂੰ ਨਹੀਂ ਲੱਗਦਾ ਕਿ ਇਹ ਡਿਸੀਜਨ ਜਿਹੜਾ ਹੈ ਆ ਆਮ ਆਦਮੀ ਪਾਰਟੀ ਨੂੰ ਕਾਮ ਆਵੇਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 13 0 ਲਗਾਤਾਰ ਉਹ ਹਰ ਰੈਲੀ ਦੇ ਅੰਦਰ ਹਰ ਸਭਾ ਦੇ ਅੰਦਰ ਇਹ ਹੀ ਕਹਿੰਦੇ ਕਿ 13 0 ਸਹੀ ਕਹਾ ਇਹ ਉਹਨਾਂ ਨੇ ਕਦ ਠੀਕਿਆ ਉਹਨਾਂ ਨੇ 13 0 ਭਗਵੰਤ ਮਾਨ ਜੀ ਬਹੁਤ ਮੈਂ ਸਮਝਦਾ ਹਾਂ ਕਿ ਇੰਟੈਲੀਜੈਂਟ ਆਦਮੀ ਚਤੂਰ ਆਦਮੀ ਹੈ ਉਹਨਾਂ ਨੇ ਉਹਨਾਂ ਨੇ ਕੀ ਕਹਿਣਾ ਹੈ 13 0 ਉਹਨਾਂ ਨੇ ਕਿਹਾ ਮੈਂ 13 0 ਕਿਹਾ ਸੀ 13 ਆਉਂਦੀਆਂ ਨਹੀਂ ਦੇਖਦੀਆਂ ਉਹਨਾਂ ਨੇ ਕਿਹਾ ਮੈਂ 0 ਕਿਹਾ ਸੀ ਮੈਂ ਇਦਾਂ ਨਹੀਂ ਕਿਹਾ ਵੀ 13 0 ਉਹਨਾਂ ਨੇ ਕਿਹਾ 13 ਜਾਂ 0 ਉਹ ਦੋ ਹੀ ਗੱਲਾਂ ਇਹ ਹੁਣ ਮੈਨੂੰ ਲੱਗਦਾ ਵੀ ਤੁਸੀਂ ਇੱਕ ਦੇਤੀ ਹੈ ਸਮਾਂ ਇਹ ਹੋਣਾ ਵੀ ਇੱਕ ਜ਼ੀਰੋ ਵਾਲੇ ਦੇ ਪਾਸੇ ਕੰਮ ਹੋ ਜਾਣਾ ਹੈ ਪੰਜਾਬ ਕਾਂਗਰਸ ਕੀ ਕਿਸ ਤਰ੍ਹਾਂ ਦੀ ਤਿਆਰੀ ਹੈ ਤਿਆਰੀ ਹੈ ਪੂਰੀ ਤਿਆਰੀ ਹੈ ਔਰ ਮੈਂ ਧੰਨਵਾਦ ਦੇਣਾ ਚਾਹਤਾ ਹੂੰ ਕਿ ਜੋ ਸਰਵੇ ਆਏ ਹੈ ਇਹ ਜਿਹੜਾ ਯਾਰ ਹਿੰਦੀ ਮੇ ਆਪ ਪੁੱਛ ਲੈਂਦੇ ਸਵਾਲ ਔਰ ਮੈਨੂੰ ਪੰਜਾਬੀ ਮੇ ਦੇਣਾ ਪੈਂਦਾ ਫਿਰ ਭੁੱਲ ਜਾਂਦਾ ਹੂੰ ਇਹ ਜਿਹੜੇ ਸਰਵੇ ਆਏ ਹੈ ਜਿਸ ਪ੍ਰਕਾਰ ਦੇ ਨਤੀਜੇ ਆਏ ਮੈਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਇਹਰਾ ਮਤਲਬ ਪੰਜਾਬ ਦੇ ਲੋਕ ਇਹ ਸਮਝਦੇ ਆ ਕਿ ਕਾਂਗਰਸ ਪਾਰਟੀ ਬਦਲਾਵ ਹੈਗੀ ਆ ਪੰਜਾਬ ਦਾ ਕਾਂਗਰਸ ਪਾਰਟੀ ਚੰਗੀ ਸਰਕਾਰ ਦੇ ਸਕਦੀ ਹੈ ਸਥਿਰ ਸਰਕਾਰ ਦੇ ਸਕਦੀ ਹੈ ਅਗਰ ਲੋਕਾਂ ਦੀ ਕੋਈ ਭਲਾਈ ਕਰ ਸਕਦੀ ਹੈ ਉਹ ਕਾਂਗਰਸ ਪਾਰਟੀ ਹੈ ਤੁਸੀਂ ਦੇਖੋ 27% ਅਸੀਂ 30% ਤੇ ਅਸੀਂ 7 ਸੀਟਾਂ ਤੇ ਉਹ 1 ਸੀਟ ਤੇ ਔਰ ਮੈਨੂੰ ਕਾਫੀ ਉਮੀਦ ਹੈਗੀ ਹੈ ਕੀ ਲੋਗ 1 ਮਹੀਨੇ ਦੇ ਅੰਦਰ ਅੰਦਰ ਕੋਈ ਬਹੁਤਾ ਬਦਲਾਵ ਨਹੀਂ ਹੋਣਾ ਔਰ ਅਸੀਂ ਚੰਗੇ ਜਿਹੜੇ ਐ ਉਮੀਦਵਾਰ ਮੈਦਾਨ 'ਚ ਉਤਾਰਾਂਗੇ ਔਰ ਸਾਨੂੰ ਨਤੀਜੇ ਅਸੀਂ ਸੱਤ ਤੋਂ ਅੱਗੇ ਆਉਣ ਦੀ ਕੋਸ਼ਿਸ਼ ਕਰਾਂਗੇ ਔਰ ਚੰਗੇ ਚਿਹਰਿਆਂ ਦੇ ਨਾਲ ਮੈਨੂੰ ਲੱਗਦਾ ਹੈ 30% ਦਾ ਵੋਟ ਸ਼ੇਅਰ ਤੋਂ ਅਸੀਂ 10% ਵੋਟ ਸ਼ੇਅਰ ਹੋਰ ਵਧਾਵਾਂਗੇ ਔਰ ਜੇ 40% ਤੱਕ ਅਸੀਂ ਮਾਰਕ ਕਰਦੇ ਹਾਂ ਤਾਂ ਮੈਨੂੰ ਲੱਗਦਾ ਕਿ ਅਸੀਂ 8 ਤੋਂ 9 ਸੀਟਾਂ ਜਿਹੜੀਆਂ 10 ਸੀਟਾਂ ਤੱਕ ਵੀ ਕਵਰ ਕਰ ਸਕਦੇ ਹਾਂ ਕਾਂਗਰਸ ਮੇ ਜੋ ਵਿਧਾਇਕ ਹੈ ਉਹ ਵੀ ਮੈਦਾਨ ਮੇ ਉਤਰ ਸਕਤੇ ਹੈ ਯਾਰ ਵਿਨੇ ਸਾਡੀ ਪਾਰਟੀ ਦੇ ਵਿੱਚ ਵਿਨੇਬਲ ਕ੍ਰਾਈਟੇਰੀਆ ਹੈ ਅਸੀਂ ਤਾਂ ਮੈਂ ਪਹਿਲਾਂ ਕਹਿ ਰਹੇ ਆ ਇਹ ਕਹਿੰਦੇ ਹੁੰਦੇ ਸੀ ਆਮ ਬੰਦੇ ਨੂੰ ਲੈ ਕੇ ਆਵਾਂਗੇ ਅਸੀਂ ਤਾਂ ਜੀ ਆਮ ਲੋਕਾਂ ਨੂੰ ਟਿਕਟ ਦੇਵਾਂਗੇ ਦੋ ਤਾਂ ਸਾਡੇ ਲੈ ਗਏ ਇੱਕ ਤਾਂ ਰਿੰਕੂ ਜਲੰਧਰ ਤੋਂ ਇੱਕ ਉਹ ਜੀਪੀਜੀ ਪੋਚਿੰਗ ਹੋਈ ਹੈ ਉਹਨਾਂ ਦੋਵਾਂ ਤੇ ਪੰਜ ਪੁਰਾਣੇ ਉਤਾਰਦੇ ਜਿਹੜੇ ਵਲੰਟੀਅਰ ਸੀਗੇ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਮੌਕਾ ਨਹੀਂ ਦਿੱਤਾ नी पवे होम्मीद है घोषणा हो जाएगी जल्दी हो जाएगी जल्दी चिंता न करो छेती करा तो बिल्कुल आप देख सकते हैं कि अमरिंदर सिंह राजा वडिंग है जो पंजाब कांग्रेस के प्रधान है और आम आदमी पार्टी ने जिस तरह से लिस्ट जारी की है उस पर निशाना साधते हुए नजर आए है और कहा है कि कांग्रेस भी वो मौजूदा विधायक को टिकट देगी या किसी और को देगी विनिबिलिटी देखी जाएगी और उसके बाद ही टिकटों का ऐलान जल्द होगा कैमरामैन सनमप्रीत के साथ अंकित दुदानी न्यूज एटीन चंडीगढ़